ਸਾਰੇ ਨੇ ਬਹੁਤ ਗੱਲਾਂ ਕੀਤੀਆਂ ਇੱਦਾਂ ਕਿ ਇਹ ਕਿਹੜਾ ਕੰਮ ਕਰਨ ਦੇ ਆ, ਕੰਜਰਾਂ ਵਾਲਾ ਕੰਮ ਆ। ਪਰ ਜਿਨ੍ਹਾਂ ਨੇ ਇਹ ਕਿਹਾ ਨਾ ਕੰਜਰਾਂ ਵਾਲਾ ਕੰਮ, ਉਹ ਖੁਦ ਹੁਣ ਸਾਡੇ ਨਾਲੋਂ ਵੱਧ ਕੰਮ ਕਰਨ ਦੇ ਆ। ਉਹ ਕਹਿੰਦੇ ਕਿਹੜਾ ਵੇਲਾ ਹੋਏ ਇਹਨਾਂ ਨੂੰ ਡੇਗਿਆ ਜਾਵੇ, ਆਪ ਆਪਾਂ ਅੱਗੇ ਲੰਘ ਜੀ। ਅਕਸਰ ਭਾਬੀਆਂ ਇਹ ਕਹਿੰਦੀਆਂ ਵੀ ਹੈ ਨਾ, ਇਹ ਤਾਂ ਮੋਤਬਾਰ ਬਣੀ ਹੋਈ ਆ, ਹੈ ਨਾ, ਸਾਰਾ ਕੁਛ ਤੁਸੀਂ ਇਹਨਾਂ ਨੂੰ ਦਿੱਤਾ, ਇਹ ਗੱਲਾਂ ਤੁਹਾਡੇ 'ਚ ਨਹੀਂ ਹੁੰਦੀਆਂ? ਬਿਲਕੁਲ, ਅੱਜ ਤੱਕ 10-12 ਸਾਲ ਹੋ ਗਏ ਭਾਬੀ ਜੀ ਦੇ ਵੀਰੇ ਦੇ ਵਿਆਹ ਨੂੰ, ਸਾਡੇ ਵਿੱਚ ਇਹ ਚੀਜ਼ ਦੀ ਤੇਰ ਮੇਰ ਕਦੀ ਨਹੀਂ ਆਈ। ਜਦੋਂ ਮੈਂ ਕੁਆਰੀ ਸੀ ਉਦੋਂ ਵੀ ਨਹੀਂ ਸੀ, ਜਦੋਂ ਮੈਂ ਵਿਆਹੀ ਗਈ ਹਾਂ ਹੁਣ ਮੈਂ ਇੱਥੇ ਰਹਿੰਦੀ ਹਾਂ, ਹੁਣ ਵੀ ਕਦੀ ਭਾਬੀ ਨੇ ਇਹ ਚੀਜ਼ ਨਹੀਂ ਕੀਤੀ। ਸਗੋਂ ਮੈਂ ਖੁਦ ਕਹੂੰਗੀ ਕਿ ਭਾਬੀ ਜੀ ਤੁਸੀਂ ਇਹ ਜ਼ਿੰਮੇਵਾਰੀ ਚੁੱਕੋ। ਨਹੀਂ ਕੋਈ ਗੱਲ ਨਹੀਂ, ਮੈਨੂੰ ਚੇਤੇ ਯਕੀਨ ਆ, ਸਗੋਂ ਮੈਂ ਤਾਂ ਵਿੱਕੀ ਨੇ ਇਹ ਜ਼ਿੰਮੇਵਾਰੀ ਚੁੱਕੀ ਹੋਈ ਆ ਸਾਰੀ। ਜੋ ਵੀ ਕੁਛ ਸਿਸਟਮ ਆ ਜਿਹੜਾ ਨਾ, ਜਿੱਦਾਂ ਮੰਨ ਲਓ ਪੈਸੇ ਦਾ ਹੀ ਆ, ਉਹ ਸਾਰਾ ਮੇਰੇ ਹੱਥ 'ਚ ਆ। ਉਹ ਕਿਉਂ ਆ? ਕਿਉਂਕਿ ਮੈਂ ਸੱਚੀ ਕਹਿਣ ਡੀ, ਮੇਰੇ ਭਾਬੀ ਜੀ ਇੰਨੇ ਚੰਗੇ ਆ ਨਾ ਕਿ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਹਾਂ ਮੰਮੀ ਨੇ ਸਾਰਾ ਸਿਸਟਮ ਕਿ ਆਪਣੀ ਕੁੜੀ ਦੇ ਹੱਥ 'ਚ ਫੜਾਇਆ ਵਾ, ਕਿ ਜਾਂ ਮੈਂ ਗੁੱਸੇ ਹੋਣਾ ਜਾਂ ਮੈਨੂੰ ਕਿਉਂ ਨਹੀਂ ਫੜਾਇਆ। ਮੈਂ ਦਿਹਾੜੀਆਂ ਤੋਂ ਲੈ ਕੇ ਹੈਲਪਰੀ, ਅਤੇ ਉਸ ਤੋਂ ਬਾਅਦ ਵਿੱਚ ਇੰਡੀਆ ਦੇ ਵਿੱਚ ਓਪਰੇਟਰੀ ਕੀਤੀ 3 ਸਾਲ, ਫਿਰ ਆਪਣੇ ਪੈਸੇ ਜਮ੍ਹਾਂ ਕਰਕੇ ਫਿਰ ਬਾਹਰ ਗਿਆ। 6 ਸਾਲ ਮੈਂ ਸਾਊਦੀ ਅਰਬ ਜਿਹੜਾ ਆ ਉੱਥੇ ਆਪਣਾ ਓਪਰੇਟਰੀ ਕੀਤੀ ਆ। ਉਸ ਤੋਂ ਬਾਅਦ ਫਿਰ ਮੈਂ ਆਪਣੇ ਪਿੰਡ ਘਰ ਬਣਾਇਆ, ਆਪਣਾ ਵਿਆਹ ਕੀਤਾ। ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ, ਕਹਿੰਦੇ ਪਿੱਠ ਪਿੱਛੇ ਗੱਲ ਕਰਦੇ ਸੀ, ਉਹ ਫਿਰ ਸਾਹਮਣੇ ਆਉਂਦੀਆਂ ਸੀ, ਕਿਉਂਕਿ ਜਦੋਂ ਕੋਈ ਗੱਲ ਹੁੰਦੀ ਹੈ ਨਾ ਘੁੰਮ ਘੁੰਮਾ ਕੇ ਮੂਹਰੇ ਆ ਜਾਂਦੀ ਆ। ਵੇਖੋ ਜੀ, ਜਿਹੜੇ ਤਾਂ ਪਿੱਠ ਪਿੱਛੇ ਗੱਲਾਂ ਕਰਦੇ ਆ, ਜਿੰਨੇ ਗੱਲਾਂ ਕਰਨੀਆਂ ਉਹਨੇ ਕਿਸੇ ਹੋਰ ਪਰਸਨਾਂ 'ਤੇ ਕਰਨੀਆਂ ਹੀ ਕਰਨੀਆਂ, ਜਿਹੜਾ ਹੋਰ ਪਰਸਨ ਆ ਉਹਨੇ ਗੜੀ ਹੋਰ ਨਾ ਕਰਨੀ। ਇੱਦਾਂ ਗੱਲਾਂ ਕਰਦਿਆਂ ਕਰਦਿਆਂ ਸਾਡੇ ਤੱਕ ਗੱਲ ਪਹੁੰਚ ਜਾਂਦੀ ਹੁੰਦੀ ਸੀ ਕਿ ਫਲਾਣੇ ਬੰਦੇ ਨੇ ਫਲਾਣੇ ਬਾਰੇ ਕਿਹੜੀ ਗੱਲ ਕੀਤੀ ਹੈ। ਵੀਰ ਜੀ, ਭਾਬੀ ਜੀ, ਵਿੱਕੀ ਹੁਣੀ ਸਾਰਿਆਂ ਨੇ ਇੰਨਾ ਕੁ ਸਾਥ ਦਿੱਤਾ ਕਿ ਆਪਾਂ ਇਹਨਾਂ ਗੱਲਾਂ ਦੀ ਪਰਵਾਹ ਛੱਡ ਦਿੱਤੀ। ਵੀਰ ਜੀ ਹੁਣੀ ਇਹ ਕਹਿੰਦੇ ਸੀ ਕਿ ਤੁਸੀਂ ਆਪਣਾ ਕੰਮ ਵੇਖੋ, ਲੋਕਾਂ ਦੀ ਕੋਈ ਗੱਲ ਨਹੀਂ, ਲੋਕ ਬੋਲਣਾ ਵਾ ਲੋਕਾਂ ਨੇ ਅਤੇ ਇਹਨਾਂ ਨੂੰ ਬੋਲਣ ਦਿਓ, ਅਤੇ ਹੁਣ ਚੁੱਪ ਹੋ ਕੇ ਬਹਿ ਗਏ ਸਾਰੇ ਜਣੇ। ਅਤੇ ਇਹਨਾਂ ਨੇ ਕਦੇ ਕਿਹਾ ਨਹੀਂ ਸੀਗਾ ਕਿ ਉਹ ਚੰਗਾ ਭਲਾ ਕੰਮ ਛੱਡ ਕੇ ਤੂੰ ਇੱਧਰ ਕਾਹਤੋਂ ਪੈ ਗਏ? ਨਹੀਂ ਨਹੀਂ, ਤੁਹਾਨੂੰ ਮੈਂ ਦੱਸਾਂ ਕਿ ਮੰਮੀ ਡੈਡੀ ਜਿਹੜੇ ਮੇਰੇ ਆ ਬੜੇ ਭੋਲੇ ਵੀ ਆ ਅਤੇ ਥੋੜ੍ਹੇ ਸਾਏ ਪਰਸਨ ਆ। ਇਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਕਿ ਤੂੰ ਇਹ ਕਿਹੜਾ ਕੰਮ ਕਰਨ ਲੱਗਾ ਆ ਜਾਂ ਮੈਂ ਇਸ ਤੋਂ ਪਹਿਲਾਂ ਕਿਹੜਾ ਕੰਮ ਕਰਦਾ ਸੀ। ਇਹਨਾਂ ਨੇ ਕਦੀ ਇਨਵੋਲਵਮੈਂਟ ਨਹੀਂ ਕੀਤੀ, ਇਹਨਾਂ ਦਾ ਪੂਰਾ ਸਾਥ ਹੀ ਰਿਹਾ ਸਾਡੇ ਨਾਲ ਹੀ। ਕਿਉਂਕਿ ਜਿੱਥੇ ਥੋੜ੍ਹਾ ਬਹੁਤਾ ਓਹਲਾ ਰੱਖਣ ਲੱਗ ਜਾਈਏ ਜਾਂ ਥੋੜ੍ਹਾ ਬਹੁਤਾ ਵੀ ਝੂਠ ਹੋਵੇ, ਉੱਥੇ ਨਿਭਦੀ ਨਹੀਂ ਹੈਗੀ ਜ਼ਿਆਦਾ ਟਾਈਮ। ਹਾਂਜੀ, ਬਾਕੀ ਜੇ ਮੈਂ ਇੱਕ ਗੱਲ ਦੱਸਾਂ, ਮੇਰੀ ਤਾਂ ਕਵਲ ਦੀ ਸੋਚ ਜਿਹੜੀ ਸ਼ੁਰੂ ਤੋਂ ਦੋਵਾਂ ਦੀ ਇੱਕ ਰਹੀ ਆ, ਅਤੇ ਹੁਣ ਵੀ ਇਕੱਠੇ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਕਰਾਂਗੇ। ਕਿ ਮੈਂ ਵੀ ਕਵਲ ਵਾਂਗੂ ਹੀ ਜਿਹੜੇ ਕੰਮ ਦੇ ਵਿੱਚ ਪੈ ਜਾਂ ਉਹ ਕੰਮ ਕਰਕੇ ਰਹਿੰਦਾ ਹਾਂ, ਅਤੇ ਲੇਕਿਨ ਮੈਨੂੰ ਇੰਨੀ ਪ੍ਰੋਬਲਮ ਨਹੀਂ ਹੋਈ ਕਿਉਂਕਿ ਪ੍ਰੀਤ ਦਾ ਬੜਾ ਵਧੀਆ ਫੇਸ ਬਣ ਗਿਆ ਸੀਗਾ। ਅਤੇ ਜਦੋਂ ਪ੍ਰੀਤ ਦਾ ਫੇਸ ਬਣ ਗਿਆ ਸੀ ਪ੍ਰੀਤ ਦੇ ਨਾਲ, ਫਿਰ ਮੇਰਾ ਤਾਂ ਮੈਨੂੰ ਵੀ ਸਾਰਿਆਂ ਨੇ ਐਕਸੈਪਟ ਕਰਨਾ ਹੀ ਕਰਨਾ ਸੀਗਾ। ਆਪਾਂ ਜਦੋਂ ਸਟਾਰਟਿੰਗ ਕੀਤਾ ਸੀਗਾ ਤਾਂ ਮੇਰੇ ਹਿਸਾਬ ਨਾਲ ਸਾਡਾ 4 ਜਾਂ 5 ਦਿਨਾਂ ਦੇ ਵਿੱਚ ਵਿੱਚ ਸਾਡਾ ਚੈਨਲ ਮੋਨੀਟਾਈਜ਼ ਹੋ ਗਿਆ ਸੀ, 5 ਦਿਨਾਂ ਦੇ ਵਿੱਚ। ਅਤੇ ਜਿਹੜੀ ਸਾਡੀ ਫਸਟ ਪੇਮੈਂਟ ਆ ਉਹ ਉਦੋਂ ਕਰੋਨਾ ਟਾਈਮ ਚੱਲ ਰਿਹਾ ਸੀ, ਉਹ ਥੋੜ੍ਹੀ ਲੇਟ ਆਈ ਸੀ ਕਿਉਂਕਿ ਸਾਡਾ ਜਿਹੜਾ ਕੋਡ ਆ ਚੈਨਲ ਦਾ ਉਹ ਥੋੜ੍ਹਾ ਲੇਟ ਆਇਆ, 2-3 ਮਹੀਨੇ ਬਾਅਦ ਸਾਡੀ ਫਸਟ ਪੇਮੈਂਟ ਆ ਗਈ ਸੀ। ਲੇਕਿਨ ਜਿਹੜਾ ਚੈਨਲ ਮੋਨੀਟਾਈਜ਼ ਆ ਉਹ ਸਾਡਾ 4-5 ਦਿਨ ਦੇ ਵਿੱਚ ਹੀ ਹੋ ਗਿਆ ਸੀ। ਹਫ਼ਤੇ 'ਚ 2-3 ਗੱਡੀਆਂ ਤਾਂ ਰੋਜ਼ ਆ ਹੀ ਹਫ਼ਤੇ ਦੇ ਵਿੱਚ 2-3 ਗੱਡੀਆਂ ਤਾਂ ਆ ਹੀ ਜਾਂਦੀਆਂ ਨੇ ਸਾਨੂੰ ਮਿਲਣ ਲਈ, ਕਿ ਸਰ ਸਾਨੂੰ ਤੁਹਾਡੀਆਂ ਵੀਡੀਓ ਬੜੀਆਂ ਵਧੀਆ ਲੱਗਦੀਆਂ ਵਾ। ਇੱਥੋਂ ਤੱਕ ਵੀ ਜਿਹੜੇ ਬਾਹਰ ਰਹਿੰਦੇ ਆ ਨਾ, ਉਹ ਵੀ ਸਾਡੀਆਂ ਵੀਡੀਓ ਨੂੰ ਇੰਨਾ ਕੁ ਪਸੰਦ ਕਰਦੇ ਆ ਕਿ ਸਾਡੀ ਆਪਾਂ ਪੰਜਾਬੀ ਬੋਲੀ ਬੋਲਦੇ ਹਾਂ ਨਾ, ਹੁਣ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣੀ ਸਿੱਖਣੀ ਆਉਂਦੀ ਆ, ਅਤੇ ਬੜਾ ਵਧੀਆ ਲੱਗਦਾ ਜਦੋਂ ਸਾਨੂੰ ਪਿਆਰ ਕਰਦੇ ਆ, ਸਾਡੇ ਨਾਲ ਫੋਟੋ ਕਲਿੱਕ ਕਰਦੇ ਆ, ਬਹੁਤ ਵਧੀਆ ਲੱਗਦਾ। ਅਸੀਂ ਕਿਸੇ ਵੀ ਪਰਸਨ ਨੇ ਐਕਟਿੰਗ ਸਿੱਖੀ ਨਹੀਂ ਹੈਗੀ, ਸਾਡੀ ਨੈਚੁਰਲ ਐਕਟਿੰਗ ਆ, ਉਹਨੂੰ ਹੀ ਸਾਨੂੰ ਸਾਰੇ ਪਿਆਰ ਕਰ ਰਹੇ ਆ। ਅਤੇ ਬਾਹਰੋਂ ਵੀ ਸਾਨੂੰ ਫੋਨ ਕਾਲਸ ਆਉਂਦੀਆਂ, ਉਹ ਵੀ ਸਾਨੂੰ ਇਹੀ ਕਹਿੰਦੇ ਆ ਕਿ ਤੁਸੀਂ ਐਕਟਿੰਗ ਦੇ ਵਿੱਚ ਨਾ ਪੈ ਜਿਓ, ਜਿਹੜਾ ਤੁਹਾਡਾ ਨੈਚੁਰਲ ਚੱਲ ਰਿਹਾ ਤੁਸੀਂ ਉਹੀ ਰੱਖਿਓ, ਸਾਨੂੰ ਇਹੀ ਚੀਜ਼ ਪਸੰਦ ਆ। ਥੋੜ੍ਹਾ ਬਹੁਤ ਜਦੋਂ ਕਿਸੇ ਨੂੰ ਸਿਖਾਉਣਾ ਪੈਂਦਾ, ਸਭ ਤੋਂ ਜ਼ਿਆਦਾ ਜ਼ੋਰ ਕਿਤੇ ਲਾਉਣਾ ਪੈਂਦਾ ਹੈ? ਜ਼ੋਰ ਕਈ ਵਾਰ ਤਾਂ ਪ੍ਰੀਤ ਵੀ ਇੰਨਾ ਘੱਟ ਜਾਂਦੀ ਹੈ ਇੱਕ ਡਾਇਲੋਗ 'ਤੇ ਕਿ ਪੁੱਛੋ ਹੀ ਕਰਨਾ। ਮੈਂ ਡਾਇਲੋਗ 'ਤੇ ਅੜ ਜਾਂਦੀ ਹਾਂ ਅਤੇ ਭਾਬੀ ਸੰਦੀਪ ਅਤੇ ਵਿੱਕੀ ਅਤੇ ਜਿਹਨੂੰ ਹੱਸਣ ਡੈ ਪੈਂਦੇ ਆ ਨਾ, ਇਹਨਾਂ ਦਾ ਫਿਰ ਹਾਸਾ ਕੰਟਰੋਲ ਨਹੀਂ ਹੁੰਦਾ ਹੈਗਾ, ਉਹਨੂੰ ਇਹ ਅੜ ਜਾਂਦੇ ਆ। ਟੇਕ ਲਏ ਸੀਗੇ? ਟੇਕ ਤਾਂ ਮੈਂ ਹੁਣ ਵੀ ਬੜੇ ਲੈਂਦੀ ਹਾਂ, ਸ਼ੁਰੂ ਤੋਂ ਵੀ ਬੜੇ ਟੇਕ ਲਏ ਸੀ ਅਤੇ ਹੁਣ ਵੀ ਚਲੋ ਹੁਣ ਤਾਂ ਥੋੜ੍ਹਾ ਬਹੁਤਾ ਕਰ ਹੀ ਜਾਈਦਾ ਵਾ ਐਡਜਸਟਮੈਂਟ। ਪਹਿਲੀ ਵਾਰੀ ਮਤਲਬ ਬਹੁਤ ਔਖਾ ਲੱਗਦਾ ਸੀ, ਮਤਲਬ ਬਹੁਤ ਝਾਕਾ ਬਹੁਤ ਲੱਗਦਾ ਸੀ, ਜਿੱਦਾਂ ਕਿਸੇ ਦੇ ਸਾਹਮਣੇ ਬੋਲਣ ਨੂੰ ਦਿਲ ਨਹੀਂ ਕਰਦਾ, ਅਤੇ ਮੈਂ ਕਹਿ ਦੇਣਾ ਵੀ ਤੁਸੀਂ ਪਿੱਛੇ ਚੱਲ ਜਾਓ ਜਿਹੜੇ ਲਾਗੇ ਬੈਠੇ ਹੁੰਦੇ ਸੀ, ਕਿ ਮੇਰੇ ਕੋਲ ਇੱਦਾਂ ਬੋਲਿਆ ਨਹੀਂ ਜਾਂਦਾ। ਪਰ ਹੁਣ ਮੇਰਾ ਝਾਕਾ ਲੱਥ ਹੈਗਾ, ਹੁਣ ਨਹੀਂ ਮੈਨੂੰ ਇੱਦਾਂ ਲੱਗਦਾ, ਹੁਣ ਬਹੁਤ ਵਧੀਆ ਕਰ ਲਈਦਾ ਆ।
ਇਹ ਸੋਚਿਆ ਸੀਗਾ ਕਿ ਮੈਂ ਕਵਲ ਦੀ ਜਿਹੜੀ ਭੂਆ ਆ ਉਹ ਜਗਤ ਭੂਆ ਬਣ ਜੂਗੀ? ਨਾ ਨਾ, ਮੈਂ ਕਦੀ ਨਹੀਂ ਸੋਚਿਆ। ਪਰ ਹੁਣ ਜਿਹੜੇ ਛੋਟੇ ਛੋਟੇ ਬੱਚੇ ਆ ਨਾ, ਉਹ ਵੀ ਮੈਂ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਭੂਆ ਜੀ ਹੁੰਦੀ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਜਿਵੇਂ ਕਿ ਤੁਹਾਨੂੰ ਪਤਾ ਹੈ, ਹਮੇਸ਼ਾ ਕੁਝ ਨਾ ਕੁਝ ਵੱਖਰਾ ਲੈ ਕੇ ਆਉਂਦੇ ਹਾਂ, ਅਤੇ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਾਡਾ ਪੰਜਾਬ ਦੀ ਟੀਮ ਦੇ ਨਾਲ। ਸਟਰਗਲ ਕਰ ਰਹੇ ਨੇ, ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਅਤੇ ਅੱਜ ਪਰਦੇ ਦੇ ਪਿੱਛੇ ਜੋ ਕਹਾਣੀ ਆ ਉਹ ਦੱਸਾਂਗੇ, ਕਿਵੇਂ ਇਹ ਅੱਜ ਇਸ ਲੈਵਲ 'ਤੇ ਪਹੁੰਚੇ ਨੇ। 5 ਲੱਖ ਤੋਂ ਵੱਧ ਜਿਹੜੇ ਇਹਨਾਂ ਦੇ ਫੋਲੋਅਰ ਨੇ, ਮਿਲੀਅਨ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ, ਬਹੁਤ ਹੀ ਵੱਖਰੇ ਕੋਨਸੈਪਟਸ 'ਤੇ ਵੀਡੀਓਜ਼ ਬਣਾਉਂਦੇ ਨੇ, ਗੱਲਬਾਤ ਇਹਨਾਂ ਦੇ ਕਰਦੇ ਹਾਂ, ਇਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਬਹੁਤ ਬਹੁਤ ਸਵਾਗਤ ਹੈ ਮੈਮ। ਭੂਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਵੀ ਵਿੱਕੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਕਿਵੇਂ ਸ਼ੁਰੂਆਤ ਹੁੰਦੀ ਹੈ ਤੁਹਾਡੇ ਇਸ ਚੈਨਲ ਦੀ, ਕਿਵੇਂ ਦਿਮਾਗ ਦੇ ਵਿੱਚ ਆਈਡੀਆ ਆਉਂਦਾ ਕਿ ਆਪਾਂ ਵੀ ਇੱਕ ਹੈ ਨਾ ਵਧੀਆ ਕੋਨਸੈਪਟ ਦੇ ਵਿੱਚ ਦੇ ਕੇ ਸ਼ੋਰਟ ਮੂਵੀਜ਼ ਬਣਾ ਕੇ ਇੱਕ ਚੰਗਾ ਸੁਨੇਹਾ ਜਿਹੜਾ ਉਹ ਸਮਾਜ ਨੂੰ ਦੇ ਸਕਦੇ? ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਮੇਰਾ ਤਾਂ ਇਸ ਬਾਰੇ ਕੋਈ ਵੀ ਖਿਆਲ ਨਹੀਂ ਹੈਗਾ ਇੱਦਾਂ ਦਾ ਕਿ ਮੈਂ ਐਵੇਂ ਦਾ ਕੋਈ ਕੰਮ ਕਰਾਂ। ਇਹ ਜਿਹੜੇ ਕੰਮ ਦੀ ਸਟਾਰਟਿੰਗ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਵਲ ਨੇ ਕੀਤੀ, ਅਤੇ ਉਸ ਟਾਈਮ ਦੇ ਵਿੱਚ ਮੈਂ ਗ੍ਰੇਡਰ ਚਲਾ ਰਿਹਾ ਸੀ, ਮੈਂ ਗ੍ਰੇਡਰ ਓਪਰੇਟਰ ਹਾਂ, 10 ਸਾਲ ਮੈਂ ਓਪਰੇਟਰੀ ਕੀਤੀ ਆ, ਅਤੇ ਉਦੋਂ ਵੀ ਮੈਂ ਗ੍ਰੇਡਰੀ ਚਲਾ ਰਿਹਾ ਸੀ। ਅਤੇ ਕਵਲ ਨੇ ਸਟਾਰਟਿੰਗ ਕੀਤੀ, ਅਤੇ ਆਪਣਾ ਉਸ ਟਾਈਮ ਦੇ ਵਿੱਚ ਪ੍ਰੀਤ ਕਵਲ ਦੇ ਨਾਲ ਨਾਲ ਥੋੜ੍ਹਾ ਟਾਈਮ ਕੰਮ ਕਰਦੀ ਸੀ। ਜਦੋਂ ਵੀ ਉਹਨੇ ਇੱਥੇ ਆਉਣਾ ਆਪਣੇ ਪੇਕੇ, ਉਦੋਂ ਕਵਲ ਦੇ ਨਾਲ ਕੁਝ ਵੀਡੀਓ 'ਚ ਕੰਮ ਕਰਨਾ, ਅਤੇ ਮੈਂ ਵੀ ਜਦੋਂ ਕਿਤੇ ਆਉਣਾ ਉਹਨਾਂ ਨੇ ਨਾਲ ਮੈਨੂੰ ਵੀ ਆਪਣੇ ਨਾਲ ਲੈ ਲੈਣਾ ਵੀ ਚੱਲ ਤੂੰ ਵੀ ਕੰਮ ਕਰ, ਅਤੇ ਚਲੋ ਮੈਂ ਵੀ ਥੋੜ੍ਹਾ ਬਹੁਤ ਕੰਮ ਕਰਦਾ ਰਿਹਾ। ਅਤੇ ਉਸ ਤੋਂ ਬਾਅਦ ਕਵਲ ਦਾ ਇਹ ਵਾਲਾ ਕੰਮ ਬਹੁਤ ਵਧੀਆ ਚੱਲ ਪਿਆ, ਅਤੇ ਮੈਂ ਸੋਚਿਆ ਕਿ ਚਲੋ ਮੈਂ ਵੀ ਟਰਾਈ ਕਰਦਾ ਹਾਂ, ਜਾ ਕੇ ਹੋ ਸਕਦਾ ਕਿ ਮੈਨੂੰ ਵੀ ਸਾਰੇ ਪਸੰਦ ਕਰ ਲੈਣ, ਕਿਉਂਕਿ ਪ੍ਰੀਤ ਕਵਲ ਬਾਕੀ ਸਾਰੇ ਜਾਣੇ ਤਾਂ ਪਸੰਦ ਬਣ ਹੀ ਚੁੱਕੇ ਸੀ। ਅਤੇ ਮੈਂ ਆਪਣਾ ਕੰਮ ਛੱਡ ਕੇ ਆ ਕੇ ਫਿਰ ਆਪਣੀ ਇੱਕ ਟੀਮ ਬਣਾਈ, ਅਤੇ ਆਪਾਂ ਆ ਕੇ ਆਪਣਾ ਜਿਹੜਾ ਸਾਡਾ ਪੰਜਾਬ ਉਦੋਂ ਚੈਨਲ ਬਣਾਇਆ, ਅਤੇ ਸਾਡਾ ਵੀ ਜਿਹੜਾ ਚੈਨਲ ਆ ਬਹੁਤ ਵਧੀਆ ਚੱਲ ਪਿਆ। ਅੱਛਾ, ਪਹਿਲਾਂ ਕਦੀ ਸੋਚਿਆ ਸੀਗਾ ਕਿ ਇਸ ਲਾਈਨ ਦੇ ਵਿੱਚ ਆਉਂਗੇ? ਨਹੀਂ, ਪਹਿਲਾਂ ਕਦੀ ਨਹੀਂ ਸੋਚਿਆ। ਇਹ ਜਿਹੜੀ ਸੋਚ ਆ ਸਾਡੀ ਕਵਲ ਵੱਲ ਵੇਖ ਕੇ, ਮੇਰੀ ਵੀ ਸੋਚ ਇਹ ਆਈ ਕਿ ਮੈਂ ਵੀ ਇਹ ਕੰਮ ਕਰ ਸਕਦਾ ਹਾਂ, ਕਰਾਂ ਕੰਮ, ਅਤੇ ਉਸ ਤੋਂ ਪਹਿਲਾਂ ਤਾਂ ਨਹੀਂ ਸੋਚਿਆ। ਅੱਛਾ ਪ੍ਰੀਤ, ਤੁਸੀਂ ਪਹਿਲਾਂ ਸਾਡਾ ਪੰਜਾਬ ਸ਼ੁਰੂ ਕਰਨ ਤੋਂ ਪਹਿਲਾਂ ਹੀ ਦਾ ਪੰਜਾਬ ਦੇ ਵਿੱਚ ਕੰਮ ਕਰਦੇ ਸੀਗੇ, ਫਿਰ ਤੁਹਾਡਾ ਰੁਝਾਨ ਸੀਗਾ ਐਕਟਿੰਗ ਦੇ ਵਿੱਚ, ਜਾਂ ਫਿਰ ਇਹ ਵੀ ਤੁਹਾਨੂੰ ਕਵਲ ਹੀ ਲੈ ਕੇ ਆਏ ਸੀਗੇ ਵੀ ਆ ਜਾ ਤੂੰ ਵੀ ਆ ਜਾ ਨਾਲ? ਨਹੀਂ, ਰੁਝਾਨ ਤਾਂ ਨਹੀਂ ਸੀ ਹੈਗਾ। ਜਦੋਂ ਮੈਂ ਇੱਥੇ ਆਉਣਾ ਨਾ ਅਤੇ ਵੀਰ ਜੀ ਵੱਲ ਵੇਖਣਾ, ਵੀਰ ਜੀ ਕੋਲ ਟੀਮ ਨਹੀਂ ਸੀ ਹੈਗੀ, ਅਤੇ ਵੀਰ ਜੀ ਨਾਲ ਪੂਰੀ ਹੈਲਪ ਕਰਾਉਣੀ, ਤੁਹਾਨੂੰ ਪਤਾ ਹੀ ਹੈ ਕੁੜੀਆਂ ਨੂੰ ਪੇਕਿਆਂ ਦਾ ਬੜਾ ਹੁੰਦਾ ਕਿ ਪੇਕੇ ਵੱਧ ਤੋਂ ਵੱਧ ਤਰੱਕੀ ਕਰਨ, ਇਸੇ ਕਰਕੇ ਫਿਰ ਮੈਂ ਵੀਰ ਜੀ ਦੀ ਹੈਲਪ ਕਰਾਉਂਦੀ ਰਹੀ ਹਾਂ। ਸ਼ੁਰੂ 'ਚ ਕਰਨ ਲੱਗਿਆਂ ਔਖਾ ਲੱਗਾ ਕਿ ਆਸਾਨ ਹੀ ਲੱਗਾ ਸੀਗਾ ਕਰਕੇ ਟੇਕ ਲਏ ਸੀਗੇ? ਟੇਕ ਤਾਂ ਮੈਂ ਹੁਣ ਵੀ ਬੜੇ ਲੈਂਦੀ ਹਾਂ, ਸ਼ੁਰੂ ਤੋਂ ਵੀ ਬੜੇ ਟੇਕ ਲਏ ਸੀ, ਅਤੇ ਹੁਣ ਵੀ ਚਲੋ ਹੁਣ ਤਾਂ ਥੋੜ੍ਹਾ ਬਹੁਤਾ ਕਰ ਹੀ ਜਾਈਦਾ ਵਾ ਐਡਜਸਟਮੈਂਟ। ਅੱਛਾ ਭੂਆ ਜੀ, ਤੁਸੀਂ ਉਹ ਮੈਂਬਰ ਹੋ ਜਿਹੜੇ ਕਿ ਪਹਿਲੇ ਦਿਨ ਤੋਂ ਜੁੜੇ ਹੋਏ ਹੋ, ਅਤੇ ਕਦੀ ਟੁੱਟੇ ਨਹੀਂ ਵਿੱਚ, ਹੈ ਨਾ? ਮੈਂ ਟੁੱਟੀ, ਮੈਂ ਨਾਲ ਹੀ ਹਾਂ ਅਤੇ ਨਾਲ ਹੀ ਰਹੂੰਗੀ। ਪਹਿਲੇ ਦਿਨ ਜਦੋਂ ਐਕਟਿੰਗ ਕਰਦੇ ਉਹ ਕਿੱਦਾਂ, ਕਵਲ ਦੇ ਵੱਲੋਂ ਤੁਹਾਨੂੰ ਆਉਂਦਾ ਪ੍ਰਪੋਜ਼ਲ ਕਿ ਤੁਸੀਂ ਕਰੋ? ਹਾਂ ਜ਼ਰੂਰ, ਬਿਲਕੁਲ। ਕਿਵੇਂ ਸ਼ੁਰੂ ਹੁੰਦਾ ਹੈ ਪਹਿਲੀ ਵਾਰੀ ਜਦੋਂ ਐਕਟਿੰਗ ਕਰਦੇ ਹੋ, ਉਹ ਐਕਸਪੀਰੀਅੰਸ ਕਿੱਦਾਂ ਦਾ ਸੀ? ਪਹਿਲੀ ਵਾਰੀ ਮਤਲਬ ਬਹੁਤ ਔਖਾ ਲੱਗਦਾ ਸੀ, ਮਤਲਬ ਬਹੁਤ ਝਾਕਾ ਬਹੁਤ ਲੱਗਦਾ ਸੀ, ਜਿੱਦਾਂ ਕਿਸੇ ਦੇ ਸਾਹਮਣੇ ਬੋਲਣ ਨੂੰ ਦਿਲ ਨਹੀਂ ਕਰਦਾ, ਅਤੇ ਮੈਂ ਕਹਿ ਦੇਣਾ ਵੀ ਤੁਸੀਂ ਪਿੱਛੇ ਚੱਲ ਜਾਓ, ਜਿਹੜੇ ਲਾਗੇ ਬੈਠੇ ਹੁੰਦੇ ਸੀ, ਕਿ ਮੇਰੇ ਕੋਲ ਇੱਦਾਂ ਬੋਲਿਆ ਨਹੀਂ ਜਾਂਦਾ। ਪਰ ਹੁਣ ਮੇਰਾ ਝਾਕਾ ਲੱਥ ਹੈਗਾ, ਹੁਣ ਨਹੀਂ ਮੈਨੂੰ ਇੱਦਾਂ ਲੱਗਦਾ, ਹੁਣ ਬਹੁਤ ਵਧੀਆ ਕਰ ਲਈਦਾ ਆ, ਬਾਕੀ ਉਹ ਸਾਰਾ ਕੁਛ ਦੱਸਦਾ ਆ। ਅੱਛਾ, ਕਦੀ ਇਹ ਮਤਲਬ ਇਹ ਸੋਚਿਆ ਸੀਗਾ ਕਿ ਮੈਂ ਕਵਲ ਦੀ ਜਿਹੜੀ ਭੂਆ ਆ ਉਹ ਜਗਤ ਭੂਆ ਬਣ ਜੂਗੀ? ਨਾ ਨਾ, ਮੈਂ ਕਦੀ ਨਹੀਂ ਸੋਚਿਆ। ਪਰ ਹੁਣ ਜਿਹੜੇ ਛੋਟੇ ਛੋਟੇ ਬੱਚੇ ਆ ਨਾ, ਉਹ ਵੀ ਮੈਂ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਭੂਆ ਜੀ ਹੁੰਦੀ ਆ, ਕਿ ਪਿੰਡ ਦੇ ਲੋਕ ਵੀ ਇਹਨਾਂ ਨੂੰ ਹੁਣ ਭੂਆ ਜੀ ਕਹਿੰਦੇ। ਅੱਛਾ, ਦੂਰੋਂ ਜੇਕਰ ਤੁਹਾਨੂੰ ਕੋਈ ਦੇਖਦਾ ਆ, ਹੈ ਨਾ, ਮਤਲਬ ਇਸ ਏਰੀਏ ਦੇ ਨਹੀਂ, ਇਸ ਏਰੀਏ ਤੋਂ ਬਾਅਦ ਦੇ ਲੋਕ, ਉਹ ਵੀ ਫਿਰ ਆਵਾਜ਼ ਭੂਆ ਕਹਿ ਕੇ ਹੀ ਮਾਰ? ਹਾਂਜੀ, ਭੂਆ ਕਹਿ ਕੇ ਆਵਾਜ਼ ਮਾਰਨੀ, ਸਭ ਨੇ ਭੂਆ ਹੀ ਕਹਿਣਾ ਆ। ਅੱਛਾ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਆਵਾਜ਼ ਮੈਨੂੰ ਹੀ? ਹਾਂ, ਤਾਂ ਮੈਨੂੰ ਬਹੁਤ ਵਧੀਆ ਲੱਗਦਾ ਆ, ਦਾ ਪੰਜਾਬ ਹੀ ਮੈਨੂੰ ਉਹਨਾਂ ਦਾ ਪੰਜਾਬ ਵਾਲੇ ਹੀ ਕਹਿਣਾ ਆ। ਹਾਂਜੀ, ਪੰਜਾਬ ਵਾਲੇ ਭੂਆ ਜੀ ਕਹਿਣਾ ਹੁੰਦਾ ਨਾਮ। ਅੰਕਲ ਜੀ, ਨੌ ਪੁੱਤ ਜਦੋਂ ਐਕਟਿੰਗ ਕਰਦੇ ਨੇ ਦੋਨੋਂ ਜਾਣੇ, ਫਿਰ ਵਧੀਆ ਲੱਗਦਾ ਤੁਹਾਨੂੰ? ਸ਼ੁਰੂ ਕੀਤਾ ਸੀਗਾ ਅਤੇ ਤੁਸੀਂ ਪੂਰੀ ਇਹਨਾਂ ਨੂੰ ਜਿਹੜਾ ਹੈਗਾ ਸਪੋਰਟ ਕੀਤੀ ਸੀਗੀ, ਇਹਨਾਂ ਨੂੰ ਕਿਹਾ ਸੀ ਕਰੋ ਤੁਸੀਂ ਇਹ ਕੰਮ ਸ਼ੁਰੂ ਕਰੋ, ਕਿਹਾ ਸੀ? ਵਧੀਆ ਲੱਗਦਾ। ਹਾਂਜੀ। ਅੱਛਾ ਅੰਕਲ ਜੀ, ਹੁਣ ਵੱਲੋਂ ਪੂਰੀ ਸਪੋਰਟ ਰਹੀ, ਕਦੀ ਇਹਨਾਂ ਨੇ ਕਿਹਾ ਨਹੀਂ ਕਿ ਇਹ ਕਿਹੜਾ ਕੰਮ, ਕਿਉਂਕਿ ਤੁਸੀਂ ਪਹਿਲਾਂ ਇਹ ਤੋਂ ਹੋਰ ਪ੍ਰੋਫੈਸ਼ਨ ਕਰਦੇ ਹੁੰਦੇ ਸੀਗੇ, ਹੈ ਨਾ, ਅਤੇ ਇਹਨਾਂ ਨੇ ਕਦੀ ਕਿਹਾ ਨਹੀਂ ਸੀਗਾ ਕਿ ਉਹ ਚੰਗਾ ਭਲਾ ਕੰਮ ਛੱਡ ਕੇ ਤੂੰ ਇੱਧਰ ਕਾਹਤੋਂ ਪੈ ਗਿਆ? ਨਹੀਂ ਨਹੀਂ, ਤੁਹਾਨੂੰ ਮੈਂ ਦੱਸਾਂ ਕਿ ਮੰਮੀ ਡੈਡੀ ਜਿਹੜੇ ਮੇਰੇ ਆ ਬੜੇ
ਭੋਲੇ ਵੀ ਆ ਅਤੇ ਤੁਹਾਡੇ ਸਾਰੇ ਪਰਸਨ ਆ। ਇਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਕਿ ਤੂੰ ਇਹ ਕਿਹੜਾ ਕੰਮ ਕਰਨ ਲੱਗਾ ਆ ਜਾਂ ਮੈਂ ਇਸ ਤੋਂ ਪਹਿਲਾਂ ਕਿਹੜਾ ਕੰਮ ਕਰਦਾ ਸੀ। ਇਹਨਾਂ ਨੇ ਕਦੀ ਇਨਵੋਲਵਮੈਂਟ ਨਹੀਂ ਕੀਤੀ, ਇਹਨਾਂ ਦਾ ਪੂਰਾ ਸਾਥ ਹੀ ਰਿਹਾ ਸਾਡੇ ਨਾਲ ਹੀ। ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਜਿੱਦਾਂ ਕਵਲ ਨੇ ਜਿਹੜੀ ਹੈਗੀ ਆ ਬਹੁਤ ਸਾਰੀ ਸਟਰਗਲ ਕੀਤੀ, ਉੱਦਾਂ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਹਰ ਤਰ੍ਹਾਂ ਦੀ ਸਟਰਗਲ ਕੀਤੀ, ਦਿਹਾੜੀਆਂ ਵੀ ਲਾਈਆਂ, ਹੈ ਨਾ, ਬਾਹਰ ਵੀ ਗਏ, ਉੱਥੇ ਵੀ ਕੀਤਾ, ਹੈ ਨਾ, ਫਿਰ ਲਾਸਟ ਵਿੱਚ ਤੁਸੀਂ ਇਹ ਕੰਮ ਦੇ ਵਿੱਚ ਹੁਣ ਸੈਟਿਸਫਾਈ ਹੋ, ਖੁਸ਼ ਹੋ, ਕਿੰਨਾ ਕੁ ਸਟਰਗਲ ਰਿਹਾ ਹਾਂ ਪਿੱਛੇ? ਪਿਛਲੀ ਲਾਈਫ ਦੇ ਵਿੱਚ ਜੇ ਮੇਰਾ ਸਟਰਗਲ ਵੇਖਿਆ ਜਾਵੇ ਤਾਂ ਮੈਂ ਦਿਹਾੜੀਆਂ ਤੋਂ ਲੈ ਕੇ ਹੈਲਪਰੀ ਅਤੇ ਉਸ ਤੋਂ ਬਾਅਦ ਵਿੱਚ ਇੰਡੀਆ ਦੇ ਵਿੱਚ ਓਪਰੇਟਰੀ ਕੀਤੀ 3 ਸਾਲ, ਫਿਰ ਆਪਣੇ ਪੈਸੇ ਜਮ੍ਹਾਂ ਕਰਕੇ ਫਿਰ ਬਾਹਰ ਗਿਆ, 6 ਸਾਲ ਮੈਂ ਸਾਊਦੀ ਅਰਬ ਜਿਹੜਾ ਆ ਉੱਥੇ ਆਪਣਾ ਓਪਰੇਟਰੀ ਕੀਤੀ ਆ, ਉਸ ਤੋਂ ਬਾਅਦ ਫਿਰ ਮੈਂ ਆਪਣੇ ਪਿੰਡ ਘਰ ਬਣਾਇਆ, ਆਪਣਾ ਵਿਆਹ ਕੀਤਾ, ਇਹ ਸਾਰਾ ਕੁਝ ਮਤਲਬ ਕਾਫੀ ਸਟਰਗਲ ਰਿਹਾ ਮੇਰੀ ਲਾਈਫ ਦੇ ਵਿੱਚ। ਹਾਂਜੀ। ਅੱਛਾ ਪ੍ਰੀਤ, ਜਦੋਂ ਇਸ ਲਾਈਨ ਦੇ ਵਿੱਚ ਆਉਂਦੇ, ਹੈ ਨਾ, ਆਪਾਂ ਅਕਸਰ ਇਹ ਸੁਣਨ ਨੂੰ ਮਿਲਦਾ ਹੀ ਹੈ ਕਿ ਇਹ ਤਾਂ ਵਿਹਲੇ ਨੇ, ਹੈ ਨਾ, ਇਹ ਕੰਮ ਕਰਦੇ ਆ, ਇਹ ਕੰਜਰਖਾਨਾ ਫੜਿਆ ਹੋਇਆ ਇਹਨਾਂ ਨੇ, ਹੈ ਨਾ, ਇਹਨਾਂ ਨੂੰ ਹੋਰ ਕੋਈ ਕੰਮ ਨਹੀਂ, ਸਾਰਾ ਟੱਬਰ ਲਗਾਇਆ ਹੋਇਆ, ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲੀਆਂ? ਬਿਲਕੁਲ ਸਹੀ ਕਿਹਾ ਤੁਸੀਂ, ਸਾਰੇ ਨੇ ਬਹੁਤ ਗੱਲਾਂ ਕੀਤੀਆਂ ਇੱਦਾਂ ਕਿ ਇਹ ਕਿਹੜਾ ਕੰਮ ਕਰਨ ਡੇ ਆ, ਕੰਜਰਾਂ ਵਾਲਾ ਕੰਮ ਆ, ਪਰ ਜਿਨ੍ਹਾਂ ਨੇ ਇਹ ਕਿਹਾ ਨਾ ਕੰਜਰਾਂ ਵਾਲਾ ਕੰਮ, ਉਹ ਖੁਦ ਹੁਣ ਸਾਡੇ ਨਾਲੋਂ ਵੱਧ ਕੰਮ ਕਰਨ ਡੇ ਆ। ਉਹ ਕਹਿੰਦੇ ਕਿਹੜਾ ਵੇਲਾ ਹੋਏ ਇਹਨਾਂ ਨੂੰ ਡੇਗਿਆ ਜਾਵੇ, ਆਪਾਂ ਅੱਗੇ ਲੰਘ ਜੀ, ਇਹ ਕੰਮ ਹੋਣ ਡਿਆ ਹੁਣ ਸਾਡੇ ਨਾਲ। ਪਹਿਲਾਂ ਕਹਿੰਦੇ ਸੀ ਇਹ ਕੰਮ ਵਧੀਆ ਨਹੀਂ ਅਤੇ ਹੁਣ ਖੁਦ ਜਿਹੜਾ ਹੈਗਾ ਉਹ ਕੰਮ ਕਰਦੇ ਨੇ। ਮੈਂ ਕਹਿੰਦੀ ਹੁਣ ਸਾਡੇ ਨਾਲੋਂ ਵੱਧ ਸਪੀਡ ਫੜੀ ਉਹਨਾਂ ਨੇ ਕਿ ਅਸੀਂ ਅੱਗੇ ਲੰਘ ਜਾਈਏ, ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਕਿਵੇਂ ਠਾਂ ਕੀਤਾ ਜਾਵੇ ਅਤੇ ਆਪ ਗਾੜੀ ਹੋ ਜਾਈਏ। ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਉਦੋਂ ਡੀਮੋਟੀਵੇਟ ਹੁੰਦੇ ਸੀਗੇ? ਵੀਰ ਜੀ, ਭਾਬੀ ਜੀ, ਵਿੱਕੀ ਹੁਣੀ ਸਾਰਿਆਂ ਨੇ ਇੰਨਾ ਕੁ ਸਾਥ ਦਿੱਤਾ ਕਿ ਆਪਾਂ ਇਹਨਾਂ ਗੱਲਾਂ ਦੀ ਪਰਵਾਹ ਛੱਡ ਦਿੱਤੀ। ਵੀਰ ਜੀ ਹੁਣੀ ਇਹ ਕਹਿੰਦੇ ਸੀ ਕਿ ਤੁਸੀਂ ਆਪਣਾ ਕੰਮ ਵੇਖੋ, ਲੋਕਾਂ ਦੀ ਕੋਈ ਗੱਲ ਨਹੀਂ, ਲੋਕ ਬੋਲਣਾ ਵਾ ਲੋਕਾਂ ਨੇ ਅਤੇ ਇਹਨਾਂ ਨੂੰ ਬੋਲਣ ਦਿਓ, ਅਤੇ ਹੁਣ ਚੁੱਪ ਹੋ ਕੇ ਬਹਿ ਗਏ ਸਾਰੇ ਜਣੇ। ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ, ਕਹਿੰਦੇ ਪਿੱਠ ਪਿੱਛੇ ਗੱਲ ਕਰਦੇ ਸੀ, ਉਹ ਫਿਰ ਸਾਹਮਣੇ ਆਉਂਦੀਆਂ ਸੀ ਕਿਉਂਕਿ ਜਦੋਂ ਕੋਈ ਗੱਲ ਹੁੰਦੀ ਹੈ ਨਾ ਘੁੰਮ ਘੁੰਮਾ ਕੇ ਮੂਹਰੇ ਆ ਜਾਂਦੀ ਆ। ਵੇਖੋ ਜੀ, ਜਿਹੜੇ ਤਾਂ ਪਿੱਠ ਪਿੱਛੇ ਗੱਲਾਂ ਕਰਦੇ ਆ, ਜਿਹਨੇ ਗੱਲਾਂ ਕਰਨੀਆਂ ਉਹਨੇ ਕਿਸੇ ਹੋਰ ਪਰਸਨਾਂ 'ਤੇ ਕਰਨੀਆਂ ਹੀ ਕਰਨੀਆਂ, ਜਿਹੜਾ ਹੋਰ ਪਰਸਨ ਆ ਉਹਨੇ ਗਾੜੀ ਹੋਰ ਨਾ ਕਰਨੀਆਂ। ਇੱਦਾਂ ਗੱਲਾਂ ਕਰਦਿਆਂ ਕਰਦਿਆਂ ਸਾਡੇ ਤੱਕ ਗੱਲ ਪਹੁੰਚ ਜਾਂਦੀ ਹੁੰਦੀ ਸੀ ਕਿ ਫਲਾਣੇ ਬੰਦੇ ਨੇ ਫਲਾਣੇ ਬਾਰੇ ਕਿਹੜੀ ਗੱਲ ਕੀਤੀ ਆ। ਤੁਹਾਡੀ ਜਿਹੜੀ ਵਿੱਕੀ ਜਿਹੜੀ ਟੀਮ ਪਹਿਲੇ ਦਿਨ ਤੋਂ ਤੁਸੀਂ ਜੋੜਦੇ ਹੋ, ਤੁਸੀਂ ਆਪਣੇ ਮੋਸਟਲੀ ਫੈਮਿਲੀ ਮੈਂਬਰਸ, ਇਹ ਤੋਂ ਇਲਾਵਾ ਵੀ ਹੋਰ ਵੀ ਕਰੈਕਟਰ ਲੈਂਦੇ ਹੋ ਜਿਹੜੇ ਫੈਮਿਲੀ ਤੋਂ ਇਲਾਵਾ ਹੋਣ ਜਾਂ ਤੁਹਾਡੇ ਰਿਲੇਟਿਵਸ ਨਾ ਹੋਣ? ਹਾਂਜੀ, ਸਟਾਰਟਿੰਗ ਦੇ ਵਿੱਚ ਜਿਵੇਂ ਸਾਡੀ ਟੀਮ ਦੇ ਵਿੱਚ ਹੋਰ ਮੈਂਬਰ ਸੀਗੇ ਅਤੇ ਅੱਗੇ ਜਾ ਕੇ ਤੁਹਾਨੂੰ ਪਤਾ ਕਈ ਗੱਲਾਂ ਬਾਤਾਂ ਹੋ ਜਾਂਦੀਆਂ, ਕਿਉਂਕਿ ਜਿਹੜੀ ਸ਼ੁਰੂਆਤ ਦੇ ਵਿੱਚ ਅਸੀਂ ਟੀਮ ਹੁੰਦੀ ਆ ਸਾਡੀ ਜਾਂ ਜਿਹੜੀ ਗੱਲਬਾਤ ਹੁੰਦੀ ਆ ਉਹ ਅੱਗੇ ਜਾ ਕੇ ਕਈ ਗੱਲਾਂ ਬਾਤਾਂ ਆ ਜਾਂਦੀਆਂ ਕੰਮ ਦੇ ਵਿੱਚ, ਫਿਰ ਨਾਲੋਂ ਟੀਮ ਟੁੱਟ ਵੀ ਜਾਂਦੀ ਆ। ਫਿਰ ਸਾਡੇ ਨਾਲੋਂ ਜਿਹੜੇ ਸਾਡੇ ਪਹਿਲੇ ਪਰਸਨ ਸੀਗੇ ਉਹਨਾਂ ਨੇ ਆਪਣਾ ਵੱਖਰਾ ਚੈਨਲ ਬਣਾ ਲਿਆ ਅਤੇ ਸਾਡਾ ਵੱਖਰਾ ਚੈਨਲ ਹੋ ਗਿਆ। ਫਿਰ ਅਸੀਂ ਇੱਥੇ ਆ ਕੇ ਹੁਣ ਜਿੱਦਾਂ ਇਕੱਠੇ ਕੰਮ ਕਰ ਰਹੇ ਹਾਂ ਕਵਲ ਭਾਅ ਜੀ ਹੁਣਾਂ ਦੇ ਨਾਲ, ਅਤੇ ਮੈਂ ਵੀ ਬਾਹਰੋਂ ਮੈਂਬਰ ਲੈ ਰਿਹਾ, ਉਹ ਵੀ ਬਾਹਰੋਂ ਮੈਂਬਰ ਲੈ ਰਹੇ, ਬਾਕੀ ਸਾਡੀ ਸਾਰੀ ਟੀਮ ਦੋਵਾਂ ਟੀਮਾਂ ਦੇ ਨਾਲ ਜਿਹੜੇ ਮੈਂਬਰ ਇਕੱਠੇ ਕੰਮ ਕਰ ਰਹੇ ਆ ਉਹ ਦੋਵਾਂ ਟੀਮਾਂ ਦੇ ਨਾਲ ਹੀ ਕੰਮ ਕਰਦੇ ਆ। ਉਹ ਵੀ ਕੰਮ ਕਰ ਜਿਹੜਾ ਵੀ ਰੋਲ ਜਿਹਦਾ ਵੀ ਮਤਲਬ ਜਿਹੜੇ ਪਾਰਟ ਦੇ ਵਿੱਚ ਹੁੰਦਾ ਆ ਅਸੀਂ ਉਹ ਉਹ ਪਰਸਨ ਨੂੰ ਲੈ ਲਈਦਾ ਨਾਲ। ਇੱਕ ਮੈਂ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਦੋ ਪਰਿਵਾਰ ਨਹੀਂ ਇੱਕ ਹੀ ਕਹੂੰਗੀ, ਹੈ ਨਾ, ਕਿਉਂਕਿ ਇੱਕ ਹੀ ਹੋ ਸਾਰੇ ਜਾਣੇ, ਹੈ ਨਾ, ਕੋਈ ਮੇਰ ਤੇਰ ਨਹੀਂ, ਕੋਈ ਭੇਦਭਾਵ ਨਹੀਂ। ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਅਕਸਰ ਜਦੋਂ ਦੋ ਪਰਿਵਾਰ ਹੁੰਦੇ ਆ, ਜੇ ਮੈਂ ਦੋ ਪਰਿਵਾਰ ਲੈ ਕੇ ਗੱਲ ਕਰਦੀ ਹਾਂ ਤਾਂ ਉਹ ਹਮੇਸ਼ਾ ਓਲਾ ਰੱਖਦੇ ਆ, ਹੈ ਨਾ, ਪਰ ਉਹ ਚੀਜ਼ ਤੁਹਾਡੇ ਵਿੱਚ ਨਹੀਂ, ਨਾ ਉਹ ਕਿਸੇ ਗੱਲ ਨੂੰ ਲੈ ਕੇ ਆ, ਨਾ ਉਹ ਕਿਸੇ ਪੈਸੇ ਨੂੰ ਲੈ ਕੇ ਆ, ਸਾਰਾ ਹਿਸਾਬ ਕਿਤਾਬ ਜਿਹੜਾ ਹੈ ਉਹ ਪ੍ਰੀਤ ਕਰਦੇ ਨੇ। ਹਾਂਜੀ, ਜੇ ਓਲੇ ਦੀ ਕੋਈ ਮਤਲਬ ਮੈਂ ਜੇ ਗੱਲ ਕਰਾਂ ਤਾਂ ਨਾ ਤਾਂ ਕਿਸੇ ਦੇ ਨਾਲ ਕੋਈ ਓਲਾ ਆ, ਨਾ ਹੀ ਕਿਸੇ ਦੇ ਨਾਲ ਕੋਈ ਭੇਦਭਾਵ ਆ, ਸਾਰੇ ਇੱਕ ਵਧੀਆ ਫੈਮਿਲੀ ਵਾਂਗੂ ਰਹਿ ਰਹੇ ਹਾਂ। ਅਤੇ ਮੈਂ ਤਾਂ ਇਹ ਰੱਬ ਅੱਗੇ ਅਰਦਾਸ ਕਰਾਂਗਾ ਕਿ ਅਸੀਂ ਅੱਗੇ ਵੀ ਇੱਦਾਂ ਹੀ ਰਹੀਏ ਅਤੇ ਸਾਡੇ ਵਿੱਚ ਪਿਆਰ ਬਣਿਆ ਰਹੇ, ਕਿਉਂਕਿ ਜਿੱਥੇ ਥੋੜ੍ਹਾ ਬਹੁਤਾ ਓਲਾ ਰੱਖਣ ਲੱਗ ਜਾਈਏ ਜਾਂ ਥੋੜ੍ਹਾ ਬਹੁਤਾ ਵੀ ਝੂਠ ਹੋਵੇ ਉੱਥੇ ਨਿਭਦੀ ਨਹੀਂ ਹੈਗੀ ਜ਼ਿਆਦਾ ਟਾਈਮ। ਹਾਂਜੀ, ਬਾਕੀ ਜੇ ਮੈਂ ਇੱਕ ਗੱਲ ਦੱਸਾਂ, ਮੇਰੀ ਤਾਂ ਕਵਲ ਦੀ ਸੋਚ ਜਿਹੜੀ ਸ਼ੁਰੂ ਤੋਂ ਦੋਵਾਂ ਦੀ ਇੱਕ ਰਹੀ ਆ ਅਤੇ ਹੁਣ ਵੀ ਇਕੱਠੇ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਕਰਾਂਗੇ ਅਤੇ ਬਾਬੇ ਦੀ ਕਿਰਪਾ ਨਾਲ ਇੱਦਾਂ ਕੰਮ ਕਰਦੇ ਰਹੀਏ, ਕਿਉਂਕਿ ਉਹਨੇ ਵੀ ਸ਼ੁਰੂ ਤੋਂ ਇਹ ਸੋਚਿਆ ਕਿ ਮੈਂ ਕਮਾਵਾਂ ਅਤੇ ਕੁਝ ਬਣਾਵਾਂ, ਅਤੇ ਮੇਰੀ ਵੀ ਸ਼ੁਰੂ ਤੋਂ ਇਹ ਸੋਚ ਰਹੀ ਆ ਕਿ ਮੈਂ ਕਮਾਵਾਂ ਅਤੇ ਬਣਾਵਾਂ। ਜਿੱਦਾਂ ਕਿ ਹਾਂਜੀ ਮੈਂ ਦੱਸਦੀ ਹਾਂ ਤੁਹਾਨੂੰ, ਓਲੇ ਵਾਲੀ ਗੱਲ ਦਾ ਜਵਾਬ ਮੈਂ ਦਿੰਦੀ ਹਾਂ ਕਿ ਇੱਥੇ ਮੈਂ ਆਪਣੇ ਪੇਕੇ ਘਰ ਰਹਿੰਦੀ ਹਾਂ ਨਾ, ਜੋ ਵੀ ਕੁਛ ਸਿਸਟਮ ਆ ਜਿਹੜਾ ਨਾ, ਜਿੱਦਾਂ ਮੰਨ ਲਓ ਪੈਸੇ ਦਾ ਹੀ ਆ, ਉਹ ਸਾਰਾ ਮੇਰੇ ਹੱਥ 'ਚ ਆ। ਉਹ ਕਿਉਂ ਆ? ਕਿਉਂਕਿ ਮੈਂ ਸੱਚੀ ਕਹਿਣ ਡੀ, ਮੇਰੇ ਭਾਬੀ ਜੀ ਇੰਨੇ ਚੰਗੇ ਆ ਨਾ ਕਿ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਹਾਂ ਮੰਮੀ ਨੇ ਸਾਰਾ ਸਿਸਟਮ ਕਿ ਆਪਣੀ ਕੁੜੀ ਦੇ ਹੱਥ 'ਚ ਫੜਾਇਆ ਵਾ, ਕਿ ਜਾਂ ਮੈਂ ਗੁੱਸੇ ਹੋਣਾ ਜਾਂ ਮੈਨੂੰ ਕਿਉਂ ਨਹੀਂ ਫੜਾਇਆ। ਇਹ ਇਹੀ ਸਵਾਲ ਪੁੱਛਣ ਵਾਲੀ ਹਾਂ ਕਿ ਅਕਸਰ ਭਾਬੀਆਂ ਇਹ ਕਹਿੰਦੀਆਂ ਵੀ, ਹੈ ਨਾ, ਇਹ ਤਾਂ ਮੋਤਬਾਰ ਬਣੀ ਹੋਈ ਆ, ਹੈ ਨਾ, ਸਾਰਾ ਕੁਛ ਤੁਸੀਂ ਇਹਨਾਂ ਨੂੰ ਦਿੱਤਾ, ਇਹ ਗੱਲਾਂ ਤੁਹਾਡੇ 'ਚ ਨਹੀਂ ਹੁੰਦੀਆਂ? ਬਿਲਕੁਲ, ਅੱਜ ਤੱਕ 10-12 ਸਾਲ ਹੋ ਗਏ ਭਾਬੀ ਜੀ ਦੇ
ਹੁਣ ਵੀ ਕਦੀ ਭਾਬੀ ਨੇ ਇਹ ਚੀਜ਼ ਨਹੀਂ ਕੀਤੀ, ਸਗੋਂ ਮੈਂ ਖੁਦ ਕਹੂੰਗੀ ਕਿ ਭਾਬੀ ਜੀ ਤੁਸੀਂ ਇਹ ਜ਼ਿੰਮੇਵਾਰੀ ਚੁੱਕੋ। ਨਹੀਂ ਕੋਈ ਗੱਲ ਨਹੀਂ, ਮੈਨੂੰ ਤੇਰੇ 'ਤੇ ਯਕੀਨ ਆ, ਸਗੋਂ ਮੈਂ ਤਾਂ ਵਿੱਕੀ ਨੇ ਇਹ ਜ਼ਿੰਮੇਵਾਰੀ ਚੁੱਕੀ ਹੋਈ ਆ ਸਾਰੀ। ਅੱਛਾ ਭੂਆ ਜੀ, ਤੁਸੀਂ ਕਵਲ ਦੇ ਨਾਲ ਜੁੜੇ ਹੋਏ ਹੋ, ਸਾਰਾ ਪਰਿਵਾਰ ਆ ਤੁਸੀਂ, ਹੈ ਨਾ, ਕਦੀ ਦਿਲ ਦੇ ਵਿੱਚ ਕਦੀ ਆਇਆ ਕਦੀ ਭੇਦਭਾਵ ਕੀਤਾ ਕਵਲ ਨੇ? ਨਾ ਨਾ, ਕਦੀ ਨਹੀਂ ਕੀਤਾ। ਬਹੁਤ ਵਧੀਆ ਰਹਿੰਦਾ, ਬਹੁਤ ਵਧੀਆ ਸੋਚ ਆ ਦਾ ਪੰਜਾਬ ਸਾਡਾ। ਪੰਜਾਬ ਇਹਨਾਂ ਨਾਲ ਵੀ ਕੰਮ ਕਰਦੀਆਂ, ਉਹਨਾਂ ਨਾਲ ਵੀ ਕਰਦੀਆਂ। ਬਹੁਤ ਵਧੀਆ ਬੱਚੇ, ਬੜੇ ਵਧੀਆ ਨੇ, ਬੜਾ ਵਧੀਆ ਰਹਿੰਦੇ ਆ, ਬੜਾ ਪਿਆਰ ਦਿੰਦੇ ਆ, ਹੈਲਪ ਵੀ ਕਰਦੇ ਆ, ਹਰ ਜਗ੍ਹਾ ਮੇਰੀ ਹੈਲਪ ਕਰਦੇ ਆ। ਜ਼ਿੰਦਗੀ ਭੇਦਭਾਵ ਤਾਂ ਬੁੱਢੀਆਂ ਕਰਦੀਆਂ, ਜਿਹੜੀਆਂ ਦੂਜੀਆਂ ਆਉਂਦੀਆਂ ਨੂੰਹਾਂ ਆਉਂਦੀਆਂ, ਸਾਡੀ ਨੂੰਹ ਹੀ ਇੰਨੀ ਚੰਗੀ ਹੈ, ਕਦੇ ਭੇਦਭਾਵ ਦਾ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਮੈਂ ਵੀ ਇਸ ਘਰ ਦੀ ਕੁੜੀ, ਭੂਆ ਜੀ ਵੀ ਇਸ ਘਰ ਦੀ ਕੁੜੀ ਆ, ਅਤੇ ਹੁਣ ਜਦੋਂ ਮੰਮਾ ਨੂੰਹਾਂ ਆਈਆਂ ਵਾ ਸਾਡੇ ਰਿਸ਼ਤੇਦਾਰਾਂ 'ਚ, ਉਹ ਵੀ ਸਾਰੀਆਂ ਵਧੀਆ ਅਜੇ ਤੱਕ ਤਾਂ ਗਾਂ ਦਾ ਕਹਿ ਨਹੀਂ ਸਕਦੇ। ਅੱਛਾ, ਰਿਸ਼ਤਿਆਂ ਦੇ ਵਿੱਚ ਫਿਰ ਮੈਂ ਉਲਝ ਗਈ, ਮੈਂ ਕਹਿੰਦੀ ਇੱਕ ਵਾਰੀ ਤੁਸੀਂ ਵੀ ਕਲੀਅਰ ਕਰ ਦਿਓ, ਭੂਆ ਜੀ ਦਾ ਰਿਸ਼ਤਾ ਤੁਹਾਡੇ ਨਾਲ ਕੀ ਹੈ ਅਤੇ ਉਹਨਾਂ ਨਾਲ ਕੀ ਹੈ? ਇਹ ਰਿਸ਼ਤੇ ਦਾ ਕਿਸੇ ਨੂੰ ਵੀ ਨਹੀਂ ਸਮਝ ਲੱਗਦੀ। ਤੁਹਾਨੂੰ ਮੈਂ ਦੱਸਦੀ ਹਾਂ ਨਾ, ਵੀ ਵਿੱਕੀ ਛੋਟਾ ਜਿਹਾ ਸੀ ਅਤੇ ਇਹਨੂੰ ਅਸੀਂ ਆਪਣੇ ਕੋਲ ਲੈ ਆਏ ਅਤੇ ਇਹ ਮਤਲਬ ਫਿਰ ਸਾਡੇ ਕੋਲ ਹੀ ਰਿਹਾ ਆ। ਵਿੱਕੀ ਤੁਹਾਡਾ ਕੀ ਲੱਗਦਾ ਇਹ ਦੱਸੋ? ਵਿੱਕੀ ਮੇਰੀ ਨਾਨ ਦਾ ਬੇਟਾ ਆ, ਮੇਰਾ ਦੋਤਾ ਆ, ਅਤੇ ਛੋਟਾ ਜਿਹਾ ਜਿੱਦਾਂ ਗੁਰਵੇਰ ਹੈ ਨਾ, ਇੱਦਾਂ ਕਿ ਇਹੀ ਅਸੀਂ ਇਹਨੂੰ ਆਪਣੇ ਕੋਲ ਲਿਆਏ ਸੀ। ਇਹ ਫਿਰ ਸਾਡੇ ਕੋਲ ਰਿਹਾ, ਇੱਥੇ ਇਹਨੇ ਪੜ੍ਹਾਈ ਕੀਤੀ, ਇੱਥੋਂ ਫਿਰ ਇਹ ਬਾਹਰ ਚੱਲ ਗਿਆ। ਬਾਅਦ 'ਚ ਫਿਰ ਜਦੋਂ ਇਹ ਜਵਾਨ ਹੋ ਗਿਆ ਫਿਰ ਮੈਂ ਖੈੜੇ ਪੈ ਗਈ ਕਿ ਮੁੰਡਾ ਬਹੁਤ ਵਧੀਆ, ਪ੍ਰੀਤੀ ਦਾ ਰਿਸ਼ਤਾ ਕਰ ਦਿਉ। ਅਤੇ ਮੈਂ ਹੁਣ ਗੱਲ ਸੱਚ ਕਰਦੀ ਹਾਂ ਕਿ ਮੇਰੇ ਭਾਬੀ ਜੀ ਅੜਦੇ ਸੀ, ਕਹਿੰਦੇ ਕਿ ਨਹੀਂ ਮੈਂ ਨਾ ਅਜੇ ਕਰਨਾ ਹੀ ਨਹੀਂ, ਅਜੇ ਰਿਸ਼ਤਾ ਕਰਨਾ ਹੀ ਨਹੀਂ। ਮੈਂ ਕਿਹਾ ਕਿਉਂ ਨਹੀਂ ਕਰਨਾ, ਕਰਨ ਤਾਂ ਹੈਗਾ ਹੀ ਆ, ਮੈਂ ਥੋੜ੍ਹੀ ਜਿਹੀ ਨਾ ਤੇੜ ਫੇੜ ਕਰਨ। ਅਤੇ ਮੈਂ ਤਾਂ, ਮੇਰੀ ਬੇਟੀ ਆ ਵੱਡੀ, ਉਹ ਵਿਆਹੀ ਆ ਹੁਣ, ਉਹ ਇੰਗਲੈਂਡ ਆ, ਅਤੇ ਅਸੀਂ ਦੋਵੇਂ ਆ ਗਈਆਂ, ਨਾਲ ਸਾਡੀ ਵਿੱਕੀ ਵੀ ਆ ਗਿਆ ਰਿਸ਼ਤਾ ਲੈਣ। ਆਪ ਹੀ ਆ ਗਏ ਰਿਸ਼ਤਾ ਲੈਣ? ਪਹਿਲਾਂ ਵੀ ਤਾਂ ਆਉਂਦਾ ਸੀ ਨਾ ਇੱਥੇ, ਪਹਿਲਾਂ ਵੀ ਇੱਥੇ ਰਹਿੰਦਾ ਸੀ, ਇਹ ਵੀ ਨਾਲ ਹੀ ਸਾਡੇ ਆ ਗਿਆ, ਅਸੀਂ ਇੱਦਾਂ ਗੱਲਬਾਤ ਕਰਨ ਰਹੇ। ਅਤੇ ਭਾਬੀ ਜੀ ਦਾ ਮੈਂ ਮਨ ਜਿਹੜਾ ਸੀ ਨਾ, ਉਹ ਕਹਿੰਦੇ ਕਿ ਨਹੀਂ ਅਜੇ ਮੈਂ ਪ੍ਰੀਤ ਦਾ ਰਿਸ਼ਤਾ ਕਰਨਾ ਨਹੀਂ। ਅਸੀਂ ਜਿੱਦ ਕਰ ਲਈ ਨਹੀਂ, ਅਸੀਂ ਰਿਸ਼ਤਾ ਕਰਾਉਣਾ ਹੀ ਕਰਾਉਣਾ ਆ। ਚਲੋ ਅਸੀਂ ਰਿਸ਼ਤਾ ਕਰਾ ਤਾ, ਕਿੰਨਾ ਵਧੀਆ ਮੁੰਡਾ ਕਮਾਈ ਵਾਲਾ ਆ, ਹੁਣ ਵੇਖੋ ਇਹ ਕਿੰਨੇ ਖੁਸ਼ ਆ ਕਿ ਜਵਾਈ ਸਾਡਾ ਬਹੁਤ ਵਧੀਆ ਆ, ਅਤੇ ਕਿੰਨੇ ਵਧੀਆ ਨੇ ਆਪਣੇ ਘਰ, ਅਤੇ ਮੈਨੂੰ ਵੀ ਬੜੀ ਖੁਸ਼ੀ ਆ। ਅਤੇ ਮੈਂ ਵੀ ਕਿਹਦੀ ਮਾਮੀ ਆ, ਅਤੇ ਇਹ ਮੇਰੀ ਭਤੀਜੀ ਆ, ਇਹਦੀ ਮੈਂ ਭੂਆ ਆ। ਜਦੋਂ ਅਸੀਂ ਵੀਡੀਓ ਦੇ ਵਿੱਚ ਮਤਲਬ ਕਿ ਮੈਂ ਭੂਆ ਜੀ ਕਹਿਣਾ ਹੁੰਦਾ ਵਾ, ਅਤੇ ਵਿੱਕੀ ਨੇ ਮਾਮੀ ਜੀ ਕਹਿਣਾ ਹੁੰਦਾ। ਤੁਸੀਂ ਉਹ 'ਚ ਵੀ ਇੱਦਾਂ ਆ, ਜਿਹੜਾ ਰਿਸ਼ਤਾ ਲੱਗਦਾ ਉਹੀ ਬੋਲਦੇ, ਕਿਉਂਕਿ ਹੁਣ ਮੇਰੇ ਕੋਲ ਮਾਮੀ ਜੀ ਕਿਹਾ ਹੀ ਨਹੀਂ ਜਾਂਦਾ, ਜੇ ਮੈਂ ਕਹਿ ਵੀ ਲਵਾਂ ਨਾ ਤਾਂ ਕਮੈਂਟ ਇਹੀ ਆਉਂਦੇ ਹੋਣੇ, ਪਹਿਲਾਂ ਰਿਸ਼ਤਾ ਦੱਸੋ ਕਿਹੜਾ। ਜਿਹੜੇ ਬਹੁਤ ਕਮੈਂਟ ਹੁੰਦੇ ਆ, ਪਰ ਹੁਣ ਕਰੀਏ ਕੀ, ਕਿਉਂਕਿ ਮੇਰੇ ਮੂੰਹ 'ਤੇ ਭੂਆ ਜੀ ਚੜਿਆ ਵਾ, ਉਹਨਾਂ ਦੇ ਮੂੰਹ 'ਤੇ ਮਾਮੀ ਜੀ ਚੜਿਆ ਵਾ, ਉਹਨਾਂ ਨੂੰ ਮੈਂ ਕਈ ਵਾਰੀ ਕਹਿੰਦੀ ਤੁਸੀਂ ਭੂਈ ਜੀ ਕਿਹਾ ਕਰੋ, ਕਹਿੰਦੇ ਤੂੰ ਮਾਮੀ ਕਿਹਾ ਕਰ ਪਹਿਲਾਂ, ਕਿਹਾ ਨਹੀਂ ਜਾਂਦਾ। ਅੱਛਾ, ਤੁਸੀਂ ਆਪ ਵੀ ਤਾਂ ਨਹੀਂ ਕਿਤੇ ਰਿਸ਼ਤਾ ਮੰਗਿਆ ਸੀਗਾ, ਕਿਉਂਕਿ ਤੁਹਾਡਾ ਤਾਂ ਪਹਿਲਾਂ ਹੀ ਆਉਣਾ ਜਾਣਾ ਸੀਗਾ। ਬਸ ਇਹੋ ਸਮਝ ਲਓ ਕਿ ਆਪ ਹੀ ਮੰਗਿਆ। ਅਤੇ ਇੱਕ ਜੇਕਰ ਅਸੀਂ ਚੈਨਲ ਦੀ ਗੱਲ ਕਰੀਏ, ਹੈ ਨਾ, ਵੀ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਰੱਖਣੀਆਂ ਪੈਂਦੀਆਂ, ਕੰਸੈਪਟ ਰੱਖਣਾ ਪੈਂਦਾ, ਫਿਰ ਉਹਨੂੰ ਸਾਰਾ ਸਕ੍ਰਿਪਟ ਲਿਖਣੀ ਪੈਂਦੀ ਹੈ, ਉਹ ਫਿਰ ਸਾਰਾ ਕੌਣ ਮੈਨੇਜ ਕਰਦਾ? ਕੰਸੈਪਟ ਦਾ ਵੇਖੋ ਜੀ, ਸਾਡਾ ਇੱਦਾਂ ਆ, ਅਸੀਂ ਇੱਕ ਕੰਸੈਪਟ ਸੋਚ ਲਈਦਾ ਆ, ਬਾਕੀ ਸਾਰੇ ਮੈਂਬਰ ਅਸੀਂ ਬਹਿ ਕੇ ਸਲਾਹ ਕਰਦੇ ਹਾਂ ਕਿ ਕਿਵੇਂ ਕਿਵੇਂ ਬਣਾਉਣਾ ਆ। ਸਾਰੇ ਜਾਣੇ ਬੜੇ ਹੈਲਪਫੁੱਲ ਆ, ਸਾਰੇ ਆਪੋ ਆਪਣੀ ਸਲਾਹ ਦਿੰਦੇ ਆ, ਅਤੇ ਸਾਰਿਆਂ ਦੀ ਸਲਾਹ ਦੇ ਨਾਲ ਫਿਰ ਇੱਕ ਵਧੀਆ ਸਟੋਰੀ ਜਿਹੜੀ ਆ ਉਹ ਕ੍ਰੀਏਟ ਹੋ ਜਾਂਦੀ ਆ। ਜਦੋਂ ਆਪਾਂ ਸੋਚਦੇ ਹਾਂ ਨਾ ਕਿ ਆਪਾਂ ਆਹ ਕੰਮ ਕਰਨਾ, ਫਿਰ ਜਦੋਂ ਉਹ ਕੰਮ ਹੋ ਜਾਂਦਾ ਫਿਰ ਬੜੀ ਖੁਸ਼ੀ ਹੁੰਦੀ ਆ, ਹੈ ਨਾ। ਫਿਰ ਜਦੋਂ ਤੁਸੀਂ ਸ਼ੁਰੂਆਤ ਕੀਤਾ ਸੀਗਾ, ਹੈ ਨਾ, ਤੁਹਾਨੂੰ ਕਿੰਨਾ ਟਾਈਮ ਲੱਗਾ ਸੀਗਾ ਜਦੋਂ ਫਸਟ ਪੇਮੈਂਟ ਆਉਂਦੀ ਆ ਉਦੋਂ ਤੱਕ? ਸਟਾਰਟਿੰਗ ਦੇ ਵਿੱਚ ਮੈਂ ਤਾਂ ਇਹੋ ਸੋਚਿਆ ਸੀ ਕਿ ਜਿੱਦਾਂ ਕਵਲ ਨੇ ਸਟਰਗਲ ਕੀਤਾ ਹੈ 4-5 ਮਹੀਨੇ, ਚਲੋ ਮੈਨੂੰ ਵੀ ਕਰਨਾ ਪੈ ਜੂਗਾ, ਮੈਂ ਵੀ ਕਰੂੰਗਾ, ਕਿਉਂਕਿ ਮੈਂ ਵੀ ਕਵਲ ਵਾਂਗੂ ਹੀ ਜਿਹੜੇ ਕੰਮ ਦੇ ਵਿੱਚ ਪੈ ਜਾਂ ਉਹ ਕੰਮ ਕਰਕੇ ਰਹਿੰਦਾ ਆ। ਅਤੇ ਲੇਕਿਨ ਮੈਨੂੰ ਇੰਨੀ ਪ੍ਰੋਬਲਮ ਨਹੀਂ ਹੋਈ, ਕਿਉਂਕਿ ਪ੍ਰੀਤ ਦਾ ਬੜਾ ਵਧੀਆ ਫੇਸ ਬਣ ਗਿਆ ਸੀਗਾ। ਅਤੇ ਜਦੋਂ ਪ੍ਰੀਤ ਦਾ ਫੇਸ ਬਣ ਗਿਆ ਸੀ ਪ੍ਰੀਤ ਦੇ ਨਾਲ, ਫਿਰ ਮੇਰਾ ਤਾਂ ਮੈਨੂੰ ਵੀ ਸਾਰਿਆਂ ਨੇ ਐਕਸੈਪਟ ਕਰਨਾ ਹੀ ਕਰਨਾ ਸੀਗਾ। ਆਪਾਂ ਜਦੋਂ ਸਟਾਰਟਿੰਗ ਕੀਤਾ ਸੀਗਾ ਤਾਂ ਮੇਰੇ ਹਿਸਾਬ ਨਾਲ ਸਾਡਾ 4 ਜਾਂ 5 ਦਿਨਾਂ ਦੇ ਵਿੱਚ ਸਾਡਾ ਚੈਨਲ ਮੋਨੀਟਾਈਜ਼ ਹੋ ਗਿਆ ਸੀ। ਪੰਜ ਦਿਨਾਂ ਦੇ ਵਿੱਚ ਅਤੇ ਜਿਹੜੀ ਸਾਡੀ ਫਸਟ ਪੇਮੈਂਟ ਆ ਉਹ ਉਦੋਂ ਕਰੋਨਾ ਟਾਈਮ ਚੱਲ ਰਿਹਾ ਸੀ, ਉਹ ਥੋੜ੍ਹੀ ਲੇਟ ਆਈ ਸੀ, ਕਿਉਂਕਿ ਸਾਡਾ ਜਿਹੜਾ ਕੋਡ ਆ ਚੈਨਲ ਦਾ ਉਹ ਥੋੜ੍ਹਾ ਲੇਟ ਆਇਆ, 2-3 ਮਹੀਨੇ ਬਾਅਦ ਸਾਡੀ ਫਸਟ ਪੇਮੈਂਟ ਆ ਗਈ ਸੀ। ਲੇਕਿਨ ਜਿਹੜਾ ਚੈਨਲ ਮੋਨੀਟਾਈਜ਼ ਆ ਉਹ ਸਾਡਾ 4-5 ਦਿਨ ਦੇ ਵਿੱਚ ਹੀ ਹੋ ਗਿਆ ਸੀ। ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰਤਾ ਸੀ, ਮਤਲਬ ਜ਼ਿਆਦਾ ਟਾਈਮ ਨਹੀਂ ਲੱਗਾ ਤੁਹਾਨੂੰ, ਹੈ ਨਾ। ਜਦੋਂ ਲੋਕ ਪਿਆਰ ਕਰਦੇ, ਹੈ ਨਾ, ਜਿੱਦਾਂ ਹੁਣ ਬਹੁਤ ਸਾਰੀ ਨੈਗੇਟਿਵਿਟੀ ਆ, ਜਿੱਦਾਂ ਤੁਸੀਂ ਕਹਿੰਦੇ ਹੋ ਰਿਸ਼ਤੇਦਾਰ ਗੱਲਾਂ ਕਰਦੇ, ਪਿੰਡ ਵਾਲੇ ਗੱਲਾਂ ਕਰਦੇ, ਹੈ ਨਾ, ਫਿਰ ਜਦੋਂ ਬਾਹਰੋਂ ਪਿਆਰ ਮਿਲਦਾ, ਹੈ ਨਾ, ਆਪਣਿਆਂ ਨੇ ਤਾਂ ਚਲੋ ਲੱਤਾਂ ਖਿੱਚੀਆਂ, ਜਦੋਂ ਦੂਜੇ ਲੋਕ ਪਿਆਰ ਕਰਦੇ ਫਿਰ ਉਹ ਚੀਜ਼ ਵਧੀਆ ਲੱਗਦੀ ਹੈ। ਅਤੇ ਉਹ ਮੋਟੀਵੇਟ ਕਰਦੇ ਹੋ, ਤੁਹਾਨੂੰ ਮੋਟੀਵੇਸ਼ਨ ਆਉਂਦੀ ਹੈ ਉਹਦੇ ਵਿੱਚੋਂ ਕਿ ਇਹ ਲੋਕ ਸਾਡੇ ਨਾਲ ਆ, ਇਹ ਸਾਨੂੰ ਪਸੰਦ ਕਰਦੇ, ਅਸੀਂ ਹੋਰ ਕੰਮ ਕਰੀਏ? ਵੇਖੋ ਜੀ, ਸਾਡੇ ਘਰ ਨਾ ਬਾਬਾ ਜੀ ਦੀ ਇੰਨੀ ਕੁ ਕਿਰਪਾ ਵਾ ਨਾ,
ਹਫ਼ਤੇ 'ਚ ਦੋ ਤਿੰਨ ਗੱਡੀਆਂ ਤਾਂ ਰੋਜ਼ ਆ ਹੀ ਹਫ਼ਤੇ ਦੇ ਵਿੱਚ ਦੋ ਤਿੰਨ ਗੱਡੀਆਂ ਤਾਂ ਆ ਹੀ ਜਾਂਦੀਆਂ ਨੇ ਸਾਨੂੰ ਮਿਲਣ ਲਈ ਕਿ ਸਰ ਤੁਹਾਨੂੰ ਸਾਨੂੰ ਤੁਹਾਡੀਆਂ ਵੀਡੀਓ ਬੜੀਆਂ ਵਧੀਆ ਲੱਗਦੀਆਂ ਵਾ ਇੱਥੋਂ ਤੱਕ ਕਿ ਜਿਹੜੇ ਬਾਹਰ ਰਹਿੰਦੇ ਆ ਨਾ ਉਹ ਵੀ ਸਾਡੀਆਂ ਵੀਡੀਓ ਨੂੰ ਇੰਨਾ ਕੁ ਪਸੰਦ ਕਰਦੇ ਆ ਕਿ ਸਾਡੀ ਆਪਾਂ ਪੰਜਾਬੀ ਬੋਲੀ ਬੋਲਦੇ ਹਾਂ ਨਾ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣੀ ਸਿੱਖਣੀ ਆਉਂਦੀ ਆ ਅਤੇ ਬੜਾ ਵਧੀਆ ਲੱਗਦਾ ਜਦੋਂ ਸਾਨੂੰ ਪਿਆਰ ਕਰਦੇ ਆ ਸਾਡੇ ਨਾਲ ਫੋਟੋ ਕਲਿੱਕ ਕਰਦੇ ਆ ਬਹੁਤ ਵਧੀਆ ਲੱਗਦਾ। ਅੱਛਾ ਇੱਕ ਕਵਨ ਨੂੰ ਸਵਾਲ ਪੁੱਛਣਾ ਸੀਗਾ ਉਹ ਮੇਰਾ ਰਹਿ ਗਿਆ ਤੁਹਾਨੂੰ ਪੁੱਛਦੀ ਹਾਂ। ਤੁਹਾਡੇ ਦੋਨੋਂ ਚੈਨਲਸ ਦਾ ਨਾਮ ਦੇ ਵਿੱਚ ਪੰਜਾਬ ਹੈ ਨਾ ਅਤੇ ਮੋਸਟਲੀ ਇਹ ਸੋਚਿਆ ਜਾਂਦਾ ਜਿਹੜੇ ਸ਼ੋਰਟ ਮੂਵੀਜ਼ ਵਗੈਰਾ ਬਣਾਉਂਦੇ ਨੇ ਉਹ ਹਮੇਸ਼ਾ ਆਪਣੇ ਆਪ ਨੂੰ ਪ੍ਰਮੋਟ ਕਰਦੇ ਕਿ ਸਾਡਾ ਨਾਮ ਇੱਕ ਬ੍ਰਾਂਡ ਬਣੇ, ਪਰ ਤੁਸੀਂ ਪੰਜਾਬ ਨੂੰ ਅੱਗੇ ਰੱਖਿਆ, ਉਹਦੇ ਪਿੱਛੇ ਕੀ ਰੀਜ਼ਨ ਆ? ਵੇਖੋ ਜੀ, ਅਸੀਂ ਪੰਜਾਬ ਨੂੰ ਤਾਂ ਅੱਗੇ ਰੱਖਿਆ ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਆਪਣੇ ਪੰਜਾਬ ਨੂੰ ਪਿਆਰ ਕਰਦੇ ਹਾਂ, ਇਸ ਕਰਕੇ ਅਸੀਂ ਆਪਣੇ ਦੋਵਾਂ ਚੈਨਲਾਂ ਦੇ ਨਾਂ ਪੰਜਾਬ ਤੋਂ ਰੱਖੇ। ਹਾਂਜੀ, ਅਤੇ ਜੇਕਰ ਸਰਚ ਵੀ ਕਰੋ ਤਾਂ ਸਭ ਤੋਂ ਪਹਿਲਾਂ ਕਿਉਂਕਿ ਪੰਜਾਬ ਬਹੁਤ ਸਾਰੀਆਂ ਚੀਜ਼ਾਂ ਦੇ ਨਿਕਲ ਆਉਂਦੀਆਂ ਅਤੇ ਤੁਹਾਡੇ ਚੈਨਲ ਪਹਿਲਾਂ ਹੀ ਉੱਪਰ ਨਿਕਲ ਆਉਂਦੇ ਆ, ਲੋਕ ਬਹੁਤ ਪਿਆਰ ਦਿੰਦੇ ਨੇ ਤੁਹਾਨੂੰ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਅਤੇ ਚਲੋ ਵਧੀਆ ਸਰਚਿੰਗ ਦੇ ਵਿੱਚ ਆ ਚੈਨਲ। ਬਾਕੀ ਜਿਹੜੀ ਐਕਟਿੰਗ ਦੀ ਗੱਲ ਆ, ਅਸੀਂ ਕਿਸੇ ਵੀ ਪਰਸਨ ਨੇ ਐਕਟਿੰਗ ਸਿੱਖੀ ਨਹੀਂ ਹੈਗੀ, ਸਾਡੀ ਨੈਚੁਰਲ ਐਕਟਿੰਗ ਆ, ਉਹਨੂੰ ਹੀ ਸਾਨੂੰ ਸਾਰੇ ਪਿਆਰ ਕਰ ਰਹੇ ਆ ਅਤੇ ਬਾਹਰੋਂ ਵੀ ਸਾਨੂੰ ਫੋਨ ਕਾਲਸ ਆਉਂਦੀਆਂ, ਉਹ ਵੀ ਸਾਨੂੰ ਇਹੀ ਕਹਿੰਦੇ ਆ ਕਿ ਤੁਸੀਂ ਐਕਟਿੰਗ ਦੇ ਵਿੱਚ ਨਾ ਪੈ ਜਿਓ, ਜਿਹੜਾ ਤੁਹਾਡਾ ਨੈਚੁਰਲ ਚੱਲ ਰਿਹਾ ਤੁਸੀਂ ਉਹੀ ਰੱਖਿਓ, ਸਾਨੂੰ ਇਹੀ ਚੀਜ਼ ਪਸੰਦ ਆ ਅਤੇ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਐਕਟਿੰਗ ਕਰੋ ਜਾਂ ਓਵਰ ਐਕਟਿੰਗ ਕਰੋ। ਅੱਛਾ, ਥੋੜ੍ਹਾ ਬਹੁਤਾ ਜਦੋਂ ਕਿਸੇ ਨੂੰ ਸਿਖਾਉਣਾ ਪੈਂਦਾ ਸਭ ਤੋਂ ਜ਼ਿਆਦਾ ਜ਼ੋਰ ਕਿਤੇ ਲਾਉਣਾ ਪੈਂਦਾ ਹੈ? ਜ਼ੋਰ ਕਈ ਵਾਰ ਤਾਂ ਪ੍ਰੀਤ ਵੀ ਇੰਨਾ ਘੱਟ ਜਾਂਦੀ ਹੈ ਇੱਕ ਡਾਇਲੋਗ 'ਤੇ ਕਿ ਪੁੱਛੋ ਹੀ ਕਰਨਾ। ਮੈਂ ਡਾਇਲੋਗ ਤੇ ਅੜ ਜਾਂਦੀ ਹਾਂ ਅਤੇ ਭਾਬੀ ਸੰਦੀਪ ਅਤੇ ਵਿੱਕੀ ਅਤੇ ਜਿਹਨੂੰ ਹੱਸਣ ਡੈ ਪੈਂਦੇ ਆ ਨਾ ਇਹਨਾਂ ਦਾ ਫਿਰ ਹਾਸਾ ਕੰਟਰੋਲ ਨਹੀਂ ਹੁੰਦਾ ਹੈਗਾ, ਉਹਨੂੰ ਇਹ ਅੜ ਜਾਂਦੇ ਆ ਪੂਰਾ ਪੂਰਾ ਦਿਨ, ਕਈ ਵਾਰੀ ਲੜਾਈ 'ਚ ਨਿਕਲ ਜਾਂਦਾ, ਹਾਸੇ 'ਚ ਨਿਕਲ ਜਾਂਦਾ। ਤੁਹਾਡਾ ਟੇਕ ਤੇ ਮੇਰਾ ਟੇਕ ਤੇ ਨਿਕਲ ਜਾਂਦਾ, ਇਹਨਾਂ ਦੇ ਹਾਸੇ 'ਚ ਨਿਕਲ ਜਾਂਦਾ ਵਾ। ਲੜੀ ਦਾ ਵੀ ਬਹੁਤ ਆ ਅਤੇ ਚਲੋ ਇਹ ਆ ਕਿ ਲੜਾਈ ਝਗੜਾ ਕਰਕੇ ਹੱਸ ਖੇਡ ਵੀ ਬਹੁਤ ਲਈਦਾ ਆ ਅਤੇ ਇੰਜੋਇਮੈਂਟ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ, ਬਸ ਇੱਦਾਂ ਹੀ ਹੱਸਦੇ ਖੇਡਦੇ ਵੀਡੀਓ ਤਿਆਰ ਹੋ ਜਾਂਦੀ। ਅੱਛਾ, ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੂੰਗੀ, ਤੁਹਾਡਾ ਘਰ ਇੱਥੇ ਬਣ ਰਿਹਾ ਹੈ ਨਾ ਹੁਣ ਇੱਥੇ, ਅਤੇ ਹੁਣ ਪੇਕੇ ਸਹੁਰੇ ਇਕੱਠੇ ਹੀ ਹੋ ਗਏ ਆ, ਪਹਿਲਾਂ ਤਾਂ ਇੱਥੇ ਰਹਿੰਦੇ ਵੈਸੇ ਵੀ ਇਕੱਠੇ ਹੀ ਆ, ਅਤੇ ਉਹ ਆਪਣੇ ਆਪ ਨੂੰ ਉਹ ਮੰਨਦੇ ਹੋ ਲੱਕੀ ਮੰਨਦੇ ਹੋ ਕਿ ਉੱਥੇ ਹੀ ਸਹੁਰੇ ਆ, ਉੱਥੇ ਹੀ ਪੇਕੇ ਆ? ਨਾ, ਮੈਂ ਜਦੋਂ ਕੁਆਰੀ ਸੀ ਨਾ ਛੋਟੀ ਹੁੰਦੀ ਸੀ ਅਤੇ ਮੈਂ ਮੰਮਾ ਨੂੰ ਦੱਸਾਂ ਕੀ ਕਹਿਣਾ ਆਪਣੀ ਨੂੰ, ਮੰਮੀ ਮੇਰੀ ਜਿਹੜੀ ਦੀਦੀ ਹੈ ਨਾ ਮੈਂ ਉਹਨੂੰ ਭੈਣ ਜੀ ਆਉਂਦੀ ਹਾਂ ਕਿ ਮੰਮੀ ਭੈਣ ਜੀ ਜਿੱਥੋਂ ਵਿਆਹ ਕਰਾ ਕੇ ਚੱਲ ਗਏ ਨਾ, ਪਰ ਮੈਂ ਸਾਰੀ ਉਮਰ ਤੁਹਾਡੇ ਨਾਲ ਹੀ ਰਹਿਣਾ ਵਾ। ਉਹ ਸ਼ਾਇਦ ਮੇਰੀ ਗੱਲ ਸੱਚ ਹੋ ਗਈ ਆ, ਹੁਣ ਮੈਂ ਇੱਥੇ ਰਹਿੰਦੀ ਹਾਂ, ਮੇਰਾ ਸਹੁਰਾ ਪਰਿਵਾਰ ਵੀ ਮੇਰੇ ਨਾਲ ਹੀ ਆ, ਸੱਸ ਸਹੁਰਾ ਮੇਰੇ ਨਾਲ ਹੀ ਇੱਥੇ ਰਹਿੰਦੇ ਆ ਅਤੇ ਬੜਾ ਵਧੀਆ ਜਿਹਾ ਲੱਗਦਾ, ਕਦੀ ਮੈਂ ਉੱਧਰ ਚੱਲ ਜਾਂਦੀ, ਕਦੀ ਮੈਂ ਉਹਨਾਂ ਕੋਲ ਚੱਲ ਜਾਂਦੀ ਹਾਂ, ਬੜਾ ਵਧੀਆ ਲੱਗਦਾ। ਚਲੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ, ਇੱਦਾਂ ਹੀ ਤੁਹਾਡੀ ਜੋੜੀ ਬਰਕਰਾਰ ਰਹੇ, ਤੁਸੀਂ ਦੋਨੋਂ ਪਰਿਵਾਰ ਜਿਹੜੇ ਆ ਉਹ ਏਕਤਾ ਦੇ ਨਾਲ ਇਵੇਂ ਰਹਿੰਦੇ ਰਹੋ। ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ। ਥੈਂਕ ਯੂ ਜੀ। ਸੋ ਜੀ, ਇਹ ਸੀ ਸਾਡੇ ਨਾਲ ਸਾਡਾ ਪੰਜਾਬ ਦੀ ਪੂਰੀ ਟੀਮ, ਅਤੇ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੀ ਜ਼ਿੰਦਗੀ ਬਾਰੇ ਤੁਹਾਨੂੂੰ ਦੱਸਿਆ ਜਾਵੇ, ਜਾਣੂ ਕਰਵਾਇਆ ਜਾ ਸਕੇ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।